ਸਿੰਧੂ ਘਾਟੀ ਵਿੱਚੋਂ ਮਿਲੇ ਸੰਕੇਤ ਪਿਛਲੇ ਲਗਭਗ 100 ਸਾਲਾਂ ਤੋਂ ਸਾਇੰਸਦਾਨਾਂ ਦੇ ਲਈ ਬੁਝਾਰਤ ਬਣੇ ਹੋਏ ਸਨ। ਪੰਜਾਬ ਵੀ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ। ਸੱਭਿਅਤਾ ਦਾ ਪਸਾਰ ਅਜੋਕੇ ਪਾਕਿਸਤਾਨ ਅਤੇ ਉੱਤਰ ਪੂਰਬੀ ਭਾਰਤ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹ ਸੱਭਿਅਤਾ ਈਸਾ ਦੇ ਜਨਮ ਤੋਂ ਵੀ 3000 ਸਾਲ ਪੁਰਾਣੀ ਹੈ। ਇਸ ਦੀ ਖੁਦਾਈ ਦੌਰਾਨ ਮੋਹਰਾਂ, ਵਸਤੂਆਂ, ਮਿੱਟੀ ਦੀਆਂ ਸਲੇਟਾਂ, ਭਾਂਡਿਆਂ ਦੇ ਟੁਕੜੇ, ਹਾਥੀ ਦੰਦ ਦੀਆਂ ਛੜਾਂ ਵਗੈਰਾ ਮਿਲੀਆਂ ਸਨ। ਹਾਲਾਂਕਿ ਸਿੰਧੂ ਘਾਟੀ ਦੀ ਸੰਕੇਤ ਲਿਪੀ ਨੂੰ ਪੜ੍ਹਨਾ ਇੱਕ ਬੁਝਾਰਤ ਹੀ ਬਣਿਆ ਰਿਹਾ। ਬਾਗਤਾ ਅਸ਼ੂਮਲਈ ਮੁੱਖ ਉਪਾਧਿਆਏ ਬੰਗਲੁਰੂ ਦੇ ਵਿੱਚ ਰਹਿੰਦੇ ਨੇ ਅਤੇ ਇੱਕ ਸੋਫਟਵੇਅਰ ਇੰਜੀਨੀਅਰ ਨੇ। ਉਹ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਇਹਨਾਂ ਚਿੰਨ੍ਹਾਂ ਦੇ ਪਿੱਛੇ ਲੁਕੇ ਕੋਡ ਨੂੰ ਸਮਝ ਲਿਆ ਹੈ। ਮੁੱਖ ਉਪਾਧਿਆਏ ਦੇ ਮੁਤਾਬਕ ਇਹਨਾਂ ਚਿੰਨ੍ਹਾਂ ਦੇ ਵਿੱਚ ਕਰ, ਵਪਾਰ ਅਤੇ ਕਲਾ ਦੀ ਲਾਇਸੈਂਸਿੰਗ, ਵਸਤਾਂ ਦੇ ਕੰਟਰੋਲ, ਪਹੁੰਚ ਦਾ ਕੰਟਰੋਲ, ਇਹਨਾਂ ਸਾਰੇ ਬਾਰੇ ਜ਼ਿਕਰ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਲੇਖ ਦੇ ਵਿੱਚ ਸੁਝਾਇਆ ਸੀ ਕਿ ਸਿੰਧੂ ਘਾਟੀ ਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਬੋਲੀ ਦਰਾਵੜ ਭਾਸ਼ਾ ਪਰਿਵਾਰ ਦਾ ਮੁੱਢਲਾ ਰੂਪ ਹੋ ਸਕਦੀ ਹੈ। ਮੁੱਖ ਉਪਾਧਿਆਏ ਆਪਣੀ ਤਾਜ਼ਾ ਖੋਜ ਦੇ ਵਿੱਚ ਦੱਸਦੇ ਨੇ ਕਿ ਇਹਨਾਂ ਚਿੰਨ੍ਹਾਂ ਨੂੰ ਸਟੀਕ ਰੂਪ ਦੇ ਵਿੱਚ ਸਮਝਣਾ ਸੰਭਵ ਕਿਉਂ ਨਹੀਂ ਹੈ। ਉਹਨਾਂ ਦੇ ਮੁਤਾਬਕ ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ 50 ਤੋਂ ਵੀ ਥੋੜ੍ਹੇ ਵਾਕਾਂ ਦੇ ਵਿੱਚ 10 ਜਾਂ ਇਸ ਤੋਂ ਜ਼ਿਆਦਾ ਚਿੰਨ੍ਹ ਵਰਤੇ ਗਏ ਨੇ। ਹਾਲੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਚਿੰਨ੍ਹਾਂ ਦਾ ਬਾਅਦ ਵਿੱਚ ਵਿਕਸਿਤ ਹੋਈ ਕਿਸੇ ਬੋਲੀ ਜਾਂ ਲਿਪੀ ਨਾਲ ਕੋਈ ਰਿਸ਼ਤਾ ਹੈ ਜਾਂ ਨਹੀਂ। ਮੁੱਖ ਉਪਾਧਿਆਏ ਦਾ ਕਹਿਣਾ ਹੈ ਕਿ ਇਹਨਾਂ ਚਿੰਨ੍ਹਾਂ ਦੇ ਨਾਲ ਆਵਾਜ਼ਾਂ ਨਹੀਂ ਜੁੜੀਆਂ ਹੋਈਆਂ। ਉਹਨਾਂ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਦੇ ਚਿੰਨ੍ਹ ਕੁਝ ਪ੍ਰਸ਼ਾਸਕੀ ਨਿਯਮਾਂ ਵੱਲ ਇਸ਼ਾਰਾ ਕਰਦੇ ਨੇ। ਉਹ ਕਹਿੰਦੇ ਨੇ ਕਿ ਜੋ ਸੂਚੀਆਂ ਮਿਲੀਆਂ ਨੇ ਉਹ ਖੇਤੀਬਾੜੀ, ਵਪਾਰ, ਨਿਰਮਾਣ, ਕਾਰੋਗ੍ਰਾਹੀ ਅਤੇ ਵਪਾਰ ਕਰਨ ਦੀ ਮਨਜ਼ੂਰੀ ਦੇਣ ਬਾਰੇ ਹੈ। ਮੈਸੋਪੋਟਾਮੀਆ ਅਤੇ ਮਿਸਰ ਦੇ ਵਿੱਚ ਮਿਲੀਆਂ ਮੋਹਰਾਂ ਉੱਪਰ ਮਨੁੱਖੀ ਆਕ੍ਰਿਤੀਆਂ ਨੇ, ਜਦਕਿ ਸਿੰਧੂ ਘਾਟੀ ਦੀਆਂ ਮੋਹਰਾਂ ਤੋਂ ਅਜਿਹਾ ਪ੍ਰਤੀਤ ਨਹੀਂ ਹੁੰਦਾ। ਦੂਜੀ ਸਭਿਅਤਾਵਾਂ ਦੇ ਵਿੱਚ ਵਰਤੀਆਂ ਗਈਆਂ ਧਾਤਾਂ ਕਈ ਪਦਾਰਥਾਂ ਤੋਂ ਬਣੀਆਂ ਸਨ, ਜਿਵੇਂ ਕਿ ਪੱਥਰ, ਲੱਕੜ ਆਦਿ, ਜਦਕਿ ਸਿੰਧੂ ਘਾਟੀ ਦੇ ਵਿੱਚ ਇਹ ਟੈਰਾਕੋਟਾ ਅਤੇ ਤਾਂਬੇ ਵਗੈਰਾ ਦੀਆਂ ਬਣੀਆਂ ਹੋਈਆਂ ਹਨ। ਇਸਦਾ ਮਤਲਬ ਹੈ ਕਿ ਇਹ ਕਿਸੇ ਵਿਅਕਤੀ ਵੱਲੋਂ ਨਹੀਂ, ਸਗੋਂ ਕਿਸੇ ਸੱਤਾਧਾਰੀ ਵਰਗ ਵੱਲੋਂ ਵੰਡੀਆਂ ਜਾਂਦੀਆਂ ਸਨ। ਮੰਨਿਆ ਜਾਂਦਾ ਹੈ ਕਿ ਇੱਕ ਸੰਗਠਨ ਦਾ ਇੱਕ ਇਲਾਕੇ ਦੇ ਵਿੱਚ ਵਰਤਿਆ ਜਾਣ ਵਾਲਾ ਨਾਮ ਦੂਜੇ ਇਲਾਕੇ ਦੇ ਲੋਕਾਂ ਨੂੰ ਸਮਝ ਨਾ ਆਉਂਦਾ ਹੋਵੇ। ਇਸ ਲਈ ਹਰੇਕ ਸੰਗਠਨ ਨੇ ਆਪਣੀਆਂ ਮੋਹਰਾਂ ਦੇ ਵਿੱਚ ਬਲਦ, ਬੱਕਰੀ, ਬਾਘ ਅਤੇ ਬਿੱਛੂ ਵਰਗੇ ਸੰਕੇਤਾਂ ਦੀ ਵਰਤੋਂ ਕੀਤੀ। ਮੁੱਖ ਉਪਾਧਿਆਏ ਦੇ ਅਨੁਸਾਰ ਸੰਪੂਰਨ ਸਿੰਧੂ ਘਾਟੀ ਨੂੰ ਕੰਟਰੋਲ ਕਰਨ ਵਾਲਾ ਕੋਈ ਵੀ ਕੇਂਦਰੀਕ੍ਰਿਤ ਰਾਜ ਨਹੀਂ ਹੋ ਸਕਦਾ। ਸਿੰਧੂ ਘਾਟੀ ਦੀ ਸਭਿਅਤਾ ਵੱਖ ਵੱਖ ਸਮਿਆਂ ਤੇ ਵੱਖ ਵੱਖ ਸਥਾਨਾਂ ਉੱਪਰ ਆਬਾਦ ਹੁੰਦੀ ਰਹੀ ਹੈ। ਜਿੱਥੋਂ ਤੱਕ ਸਿੰਧੂ ਘਾਟੀ ਦਾ ਸੰਬੰਧ ਹੈ, ਉੱਥੇ ਕਿਸ ਤਰ੍ਹਾਂ ਦਾ ਰਾਜ ਮੌਜੂਦ ਸੀ, ਇਹ ਅਜੇ ਵੀ ਬਹਿਸ ਦਾ ਵਿਸ਼ਾ ਹੈ। ਹੋ ਸਕਦਾ ਹੈ ਕਿ ਇੱਕ ਜਾਂ ਇੱਕ ਤੋਂ ਵੱਧ ਰਾਜ ਰਹੇ ਹੋਣਗੇ, ਜਾਂ ਸ਼ਾਇਦ ਹਰੇਕ ਸ਼ਹਿਰ ਇੱਕ ਦੇਸ਼ ਵਾਂਗ ਕੰਮ ਕਰਦਾ ਹੋਵੇ। ਹੁਣ ਕਿਉਂਕਿ ਇਹ ਸ਼ਹਿਰ ਕੰਧਾਂ ਦੇ ਨਾਲ ਘਿਰੇ ਹੋਏ ਸਨ, ਜਿੱਥੇ ਸ਼ਹਿਰੀ ਯੋਜਨਾਬੰਦੀ, ਸਾਫ਼ ਪਾਣੀ ਅਤੇ ਜਨਤਕ ਗੁਸਲਖਾਨੇ ਸਨ, ਹੋ ਸਕਦਾ ਕਿ ਜਨਤਾ 'ਤੇ ਟੈਕਸ ਲਗਾ ਕੇ ਬਣਾਏ ਗਏ ਹੋਣ। ਮੁੱਖ ਉਪਾਧਿਆਏ ਕਹਿੰਦੇ ਨੇ ਕਿ ਕਿਉਂਕਿ ਇਹ ਟੈਕਸ ਲਗਾਉਣ ਦੇ ਤਰੀਕੇ ਗੁੰਝਲਦਾਰ ਸਨ, ਇਸ ਲਈ ਇਹਨਾਂ ਨੂੰ ਲਿਖਣ ਦੀ ਲੋੜ ਪਈ ਹੋਵੇਗੀ, ਇਸ ਲਈ ਇਹ ਚਿੰਨ੍ਹ ਬਣਾਏ ਗਏ ਹੋਣਗੇ। ਸਿੰਧੂ ਘਾਟੀ ਦੇ ਵਿੱਚ ਹੜੱਪਾ, ਮੋਹਨਜੋਦਾਰੋ, ਤੋਲਾਵੀਰਾ, ਕੁਦੰਸੀ ਅਤੇ ਲੋਥਲ ਵਰਗੇ ਸ਼ਹਿਰ ਚਾਰੇ ਪਾਸੇ ਤੋਂ ਦੀਵਾਰਾਂ ਦੇ ਨਾਲ ਘਿਰੇ ਹੋਏ ਸਨ, ਪਰ ਇਹ ਦੁਸ਼ਮਣਾਂ ਤੋਂ ਬਚਾਉਣ ਦੇ ਲਈ ਨਹੀਂ ਸਨ। ਤਾਂਤਰਿਕ ਅਤੇ ਧਾਰਮਿਕ ਚਿੱਤਰਾਂ ਨੂੰ ਦਰਸਾਉਣ ਵਾਲੀਆਂ ਬਹੁਤ ਘੱਟ ਮੋਹਰਾਂ ਮਿਲੀਆਂ ਨੇ। ਮੋਹਰਾਂ ਜ਼ਿਆਦਾਤਰ ਵਪਾਰਕ ਉਦੇਸ਼ਾਂ ਦੇ ਲਈ ਵਰਤੀਆਂ ਜਾਂਦੀਆਂ ਸੀ। ਸਿੰਧੂ ਘਾਟੀ ਦੀ ਸਭਿਅਤਾ ਦੇ ਪਤਨ ਦੇ ਨਾਲ ਹੀ ਇਹ ਟੈਕਸ ਪ੍ਰਣਾਲੀ ਵੀ ਖਤਮ ਹੋ ਗਈ। ਕੀ ਤੁਸੀਂ ਸਿੰਧੂ ਘਾਟੀ ਦੇ ਸਾਰੇ ਚਿੰਨ੍ਹਾਂ ਨੂੰ ਪੜ੍ਹ ਸਕਦੇ ਹੋ? ਇਸ ਬਾਰੇ ਮੁੱਖ ਉਪਾਧਿਆਏ ਕਹਿੰਦੇ ਨੇ ਕਿ ਉਪਲਬਧ ਜਾਣਕਾਰੀ ਦੇ ਨਾਲ ਸਾਰੇ ਸਿੰਧ ਚਿੰਨ੍ਹਾਂ ਨੂੰ ਪੜ੍ਹਨਾ ਅਤੇ ਸਮਝਣਾ ਮੁਸ਼ਕਿਲ ਹੈ ਕਿ ਉਹਨਾਂ ਵਿੱਚੋਂ ਹਰੇਕ ਚਿੰਨ੍ਹ ਆਪਣੇ ਆਪ ਵਿੱਚ ਕੀ ਦਰਸਾਉਂਦਾ ਹੈ।